ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕਿ ਕਿਹੜੀ ਕੰਟਰੀ ਤੁਸੀਂ ਜਾਓ ਅਤੇ ਕਿਹੜੀ ਕੰਟਰੀ ਨਾ ਜਾਓ ਹਮੇਸ਼ਾ ਤੁਸੀਂ ਐਡ ਦੇਖੀ ਹੋਣੀ ਹੈ ਹਮੇਸ਼ਾ ਪ੍ਰਮੋਸ਼ਨਸ ਦੇਖੇ ਆ ਜੀ ਸਟੱਡੀ ਇਨ USA ਸਟੱਡੀ ਇਨ UK ਹਰ ਬੰਦਾ ਆ ਰਿਹਾ ਹਰ ਬੰਦਾ ਜਾ ਰਿਹਾ ਬੰਦਾ ਆ ਕੇ ਕਹਿੰਦਾ ਭਾਅ ਜੀ ਨਹੀਂ ਜੀ ਜਾਣਾ ਤਾਂ ਕਨੇਡਾ ਹੀ ਜਾਣਾ ਨਹੀਂ ਤਾਂ ਨਹੀਂ ਜਾਣਾ ਦੇਖੋ ਅਲਟੀਮੇਟਲੀ ਇੱਕ ਚੀਜ਼ ਕੀ ਹੈ ਕਿ ਹਰ ਕੰਟਰੀ ਦਾ ਹਰ ਅੰਬੈਸੀ ਦਾ ਆਪਣਾ ਇੱਕ ਤਰੀਕਾ ਵੀਜ਼ਾ ਦੇਣ ਦਾ ਹਰ ਕੰਟਰੀ ਦਾ ਆਪਣਾ ਇੱਕ ਪੈਰਾਮੀਟਰਸ ਨੇ ਇੱਕ ਬਾਰ ਸੈੱਟ ਕੀਤੀ ਹੋਈ ਹੈ ਕਿ ਇਸ ਲੈਵਲ ਦਾ ਇਸ ਰੇਂਜ ਦਾ ਬੰਦਾ ਸਾਡੇ ਕੋਲ ਆਊਗਾ ਉਹਨੂੰ ਵੀਜ਼ਾ ਦੇਵਾਂਗੇ ਇਸ ਤੋਂ ਇਲਾਵਾ ਕੋਈ ਬੱਚਾ ਆਊਗਾ ਉਹਨੂੰ ਵੀਜ਼ਾ ਨਹੀਂ ਦੇਵਾਂਗੇ ਫਿਰ ਵੀ ਸਟੂਡੈਂਟ ਆ ਕੇ ਕਹਿੰਦਾ ਯਾ ਏਜੰਟ ਵੀ ਤੁਹਾਡਾ ਜਿਹੜਾ ਹੈਗਾ ਵਾ ਉਹ ਨਹੀਂ ਜੀ ਹਰ ਬੰਦੇ ਨੂੰ ਚੁੱਕ ਕੇ ਇੱਕੋ ਕੰਟਰੀ ਦੇ ਵਿੱਚ ਪਾਈ ਜਾਂਦਾ ਸੋ ਥੋੜ੍ਹੀ ਜਿਹੀ ਸ਼ਾਰਟਕੱਟ 'ਚ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜਾ ਬੰਦਾ ਕਿਹੜੀ ਕੰਟਰੀ ਲਈ ਐਲੀਜੀਬਲ ਹੈ ਐਗਜੈਕਟ ਸਿਨੈਰੀਓ ਜਦੋਂ ਤੁਹਾਡੇ ਡਾਕੂਮੈਂਟ ਸਾਹਮਣੇ ਹੁੰਦੇ ਆ ਉਦੋਂ ਪਤਾ ਲੱਗਦਾ ਬਟ ਅੱਜ ਦੇ ਆਸ ਡੇਟ ਦੇ ਅੱਜ ਦੀ ਡੇਟ ਦੇ ਵਿੱਚ ਸਿਨੈਰੀਓ ਕੀ ਹੈਗਾ ਵਾ 6 ਈਚ ਬੈਂਡ ਹੈਗੇ ਆ ਤਾਂ ਕੈਨੇਡਾ ਅਪਲਾਈ ਕਰਿਓ ਕੋਈ 1 'ਚ 5.5 ਨੇ ਕੋਈ 2 'ਚ 5.5 ਨੇ ਕੋਈ ਪ੍ਰੋਸੈਸਿੰਗ ਫੀਸਾਂ ਦੇ ਚੱਕਰ ਦੇ ਵਿੱਚ ਕੈਨੇਡਾ ਦਾ ਵੀਜ਼ਾ ਅਪਲਾਈ ਨਾ ਕਰਿਓ ਉਹ ਵੀਜ਼ਾ ਨਹੀਂ ਜੇ ਲੱਗਦਾ ਪਿਆ 5% ਰਿਜ਼ਲਟ ਹੈ ਇੱਕ ਮੋਡਿਊਲ 'ਚ 5.5 ਬੈਂਡ ਵਾਲੇ ਦਾ ਕੈਨੇਡੀਅਨ ਅੰਬੈਸੀ ਵੱਲੋਂ ਅੱਜ ਦੀ ਡੇਟ ਦੇ ਵਿੱਚ ਸੋ ਤੁਸੀਂ ਉਹਨਾਂ 100 'ਚੋਂ 5 ਬੰਦੇ ਹੋ ਤੁਹਾਡੇ ਮੁਕੱਦਰ ਬਹੁਤ ਚੰਗੇ ਨੇ ਜ਼ਰੂਰ ਹੱਸ ਕੇ ਅਪਲਾਈ ਕਰਿਓ ਵੀਜ਼ਾ ਲੱਗਦਾ ਪਰ 5 ਬੰਦਿਆਂ ਦਾ 100 'ਚੋਂ ਇੱਕ ਮੋਡਿਊਲ 'ਚ 5.5 ਰਹਿ ਗਏ 2 ਮੋਡਿਊਲ 'ਚ 5.5 ਰਹਿ ਗਏ ਕੰਟਰੀ ਚੇਂਜ ਕਰ ਲਓ ਜਿੱਦ ਨਹੀਂ ਹੈਗੀ ਕਿ ਨਹੀਂ ਜੀ ਮੈਂ ਕੈਨੇਡਾ ਹੀ ਜਾਣਾ ਕੈਨੇਡਾ ਨਾਲੋਂ ਵਧੀਆ ਕੰਟਰੀਜ਼ ਨੇ USA ਅਪਲਾਈ ਕਰ ਸਕਦੇ ਹੋ ਤੁਸੀਂ ਅੱਜ ਦੀ ਡੇਟ ਦੇ ਵਿੱਚ ਵਰਲਡ ਪਾਵਰ ਕੰਟਰੀ ਹੈ ਵੀਜ਼ੇ ਮੈਂ ਆਲਰੇਡੀ ਦਿਖਾ ਚੁੱਕਾ ਵਾਂ 2 ਮਿੰਟ ਦੀ 3 ਮਿੰਟ ਦੀ ਇੰਟਰਵਿਊ ਹੈ 1 'ਚ 5.5 ਨੇ 2 'ਚ 5.5 ਨੇ ਓਵਰਆਲ 5.5 ਨੇ ਲੱਗਦਾ ਕਿ ਯਾਰ ਮੈਂ ਇੰਟਰਵਿਊ ਦੇ ਸਕਦਾ ਮੇਰੇ 'ਚ ਕੌਨਫੀਡੈਂਸ ਹੈਗਾ ਵਾ ਮੈਂ ਵੀਜ਼ਾ ਆਫਿਸਰ ਨੂੰ ਫੇਸ ਕਰ ਸਕਦਾ ਵੀਜ਼ਾ ਆਫਿਸਰ ਦੇ ਸਾਹਮਣੇ ਖੜ ਕੇ ਦੱਸ ਸਕਦਾ ਆਪਣੇ ਬਾਰੇ ਕੋਈ 4 ਸਾਲ ਦਾ ਗੈਪ ਹੈ ਕੋਈ 5 ਸਾਲ ਦਾ ਗੈਪ ਹੈ USA ਅਪਲਾਈ ਕਰੋ ਬਹੁਤ ਵਧੀਆ ਰਿਜ਼ਲਟ ਆ ਰਿਹਾ ਉਸ ਤੋਂ ਬਾਅਦ ਨਾ UK ਦੇ ਵਿੱਚ ਤੁਹਾਡੇ ਓਵਰਆਲ 5.5 ਬੈਂਡ ਨੇ ਵਿਦਆਊਟ ਆਇਲਸ ਇੰਗਲਿਸ਼ ਦੇ ਨੰਬਰਾਂ ਦੇ ਬੇਸ 'ਤੇ ਕਿ 60% ਨੰਬਰ ਇੰਗਲਿਸ਼ ਦੇ ਵਿੱਚ ਹੈਗੇ ਆ ਫਿਰ ਤੁਹਾਡੇ ਲਈ ਕੰਟਰੀ ਹੈ ਇੰਗਲੈਂਡ UK ਗ੍ਰੇਟ ਬ੍ਰਿਟੇਨ ਉਸ ਕੰਟਰੀ ਦੇ ਵਿੱਚ ਜਾ ਕੇ ਅਪਲਾਈ ਕਰੋ ਜਿਹੜਾ 2.5 ਵਾਲੇ ਨੂੰ ਵੀ ਵੀਜ਼ਾ ਮਿਲਦਾ 3 'ਚ 5.5 ਵਾਲੇ ਨੂੰ ਵੀ ਮਿਲਦਾ 4 'ਚ 5.5 ਬੈਂਡ ਵਾਲੇ ਨੂੰ ਵੀ ਵੀਜ਼ਾ ਮਿਲਦਾ ਫਿਰ ਉਸ ਤੋਂ ਬਾਅਦ ਬੱਚਾ ਕਹਿੰਦਾ ਕਿ ਨਹੀਂ ਭਾਜੀ ਮੇਰੇ ਤਾਂ ਆਇਲਟਸ ਦੇ ਮੇਰਾ ਬੱਸ ਦਾ ਹੀ ਨਹੀਂ ਮੈਂ 2 ਵਾਰੀ ਪੇਪਰ ਦੇ ਲਿਆ 4 ਬੈਂਡ ਆਉਂਦੇ ਆ 4.5 ਬੈਂਡ ਆਉਂਦੇ ਆ ਇਸ ਤੋਂ ਵੱਧ ਬੈਂਡ ਨਹੀਂ ਆਉਂਦੇ ਜਾਂ ਮੇਰਾ 15 ਸਾਲ ਹੋ ਗਏ ਗੈਪ ਨੂੰ 10 ਸਾਲ ਹੋ ਗਏ ਗੈਪ ਨੂੰ ਕੋਈ ਆਪਸ਼ਨ ਨਹੀਂ ਕੈਨੇਡਾ ਰਿਫਿਊਜ਼ ਹੋ ਚੁੱਕਾ ਆਸਟ੍ਰੇਲੀਆ ਰਿਫਿਊਜ਼ ਹੋ ਚੁੱਕਾ UK ਰਿਫਿਊਜ਼ ਹੋ ਗਿਆ USA ਦੀ 2 ਵਾਰੀ ਇੰਟਰਵਿਊ ਦੇ ਲਈ 1 ਵਾਰੀ ਸਟੂਡੈਂਟ ਬਣ ਕੇ ਚਲਾ ਗਿਆ 1 ਵਾਰੀ ਵਿਜ਼ਟਰ ਬਣ ਕੇ ਚਲਾ ਗਿਆ ਜਦੋਂ ਇਹ ਸਾਰੀਆਂ ਚੀਜ਼ਾਂ ਆ ਗਈਆਂ ਤੁਹਾਡੇ ਲਈ ਰਸਤਾ ਬਚਦਾ ਯੂਰਪ ਤੁਹਾਡੇ ਲਈ ਰਸਤਾ ਬਚਦਾ ਸ਼ੈਨਿਗਨ ਜਾਂ ਯੂਕਰੇਨ ਇਹਨਾਂ ਕੰਟਰੀਆਂ ਦੇ ਵਿੱਚ ਤੁਹਾਡੇ ਗੈਪ ਦੀ ਕੋਈ ਦਿੱਕਤ ਨਹੀਂ ਹੈਗੀ ਤੁਹਾਡੀ ਵੱਲੋਂ ਆਇਲਸ ਨਹੀਂ ਚਾਹੀਦੀ 100% ਸਕਸੈਸ ਰੇਟ ਦੇ ਉੱਤੇ ਵੀਜ਼ਾ ਲੱਗਦਾ ਕਿ ਜਿਹਨੇ ਅਪਲਾਈ ਕੀਤਾ ਇਨਵੀਟੇਸ਼ਨ ਉਸ ਕੰਟਰੀ ਤੋਂ ਆ ਜਾਂਦਾ ਇੱਥੇ ਅੰਬੈਸੀ 'ਚ ਪਾਸਪੋਰਟ ਸਿਰਫ ਸਟੈਂਪ ਹੋਣ ਲਈ ਜਾਂਦਾ ਸੋ ਕਹਿੰਦੇ ਆ ਨਾ ਹਰ ਚੀਜ਼ ਹਰ ਬੰਦੇ ਲਈ ਨਹੀਂ ਬਣੀ ਹੁੰਦੀ ਪਰ ਹਰ ਬੰਦੇ ਲਈ ਕੋਈ ਨਾ ਕੋਈ ਚੀਜ਼ ਜ਼ਰੂਰ ਬਣੀ ਹੁੰਦੀ ਹੈ ਸੋ ਤੁਸੀਂ ਵੀ ਆਪਣੀ ਕੰਟਰੀ ਤੁਸੀਂ ਕੋਰਸ ਚੋਇਸ ਬਾਰੇ ਸੁਣਿਆ ਹੋਊਗਾ ਯੂਨੀਵਰਸਿਟੀ ਕਾਲਜ ਦੀ ਚੋਇਸ ਬਾਰੇ ਸੁਣਿਆ ਹੋਊਗਾ ਅੱਜ ਮੈਂ ਤੁਹਾਨੂੰ ਦੱਸ ਰਿਹਾ ਕੰਟਰੀ ਚੋਇਸ ਕਿੰਨੀ ਇੰਪੋਰਟੈਂਟ ਹੈ ਸਹੀ ਕੰਟਰੀ ਦੇ ਵਿੱਚ ਸਹੀ ਤਰੀਕੇ ਦੇ ਨਾਲ ਸਹੀ ਪ੍ਰੋਫਾਈਲ 'ਤੇ ਵੀਜ਼ਾ ਅਪਲਾਈ ਕਰੋਗੇ ਵੀਜ਼ੇ ਲੱਗਦੇ ਆ ਹਾਂ ਤੁਸੀਂ ਕਹੋਗੇ ਨਹੀਂ ਜੀ ਮੇਰੇ ਬੈਂਡ 5 ਨੇ ਜਾਣਾ ਮੈਂ ਕਨੇਡਾ ਹੀ ਹੈ 25,000 ਰੁਪਏ ਪ੍ਰੋਸੈਸਿੰਗ ਫੀਸਾਂ ਦਿੱਤੀਆਂ ਜੇ ਮੇਰੀ ਮਰਜ਼ੀ ਅਪਲਾਈ ਕਰੀ ਜਾਓ ਐਂਡ ਇੱਕ ਲੈਟਰ ਮਿਲਣੀ ਹੈ ਜਿਹਨੂੰ ਰਿਫਿਊਜ਼ਲ ਲੈਟਰ ਕਹਿੰਦੇ ਆ ਸੇਮ ਗੋਜ਼ ਵਿਦ UK ਸੇਮ ਗੋਜ਼ ਵਿਦ ਆਸਟ੍ਰੇਲੀਆ ਸੇਮ ਗੋਜ਼ ਵਿਦ ਨਿਊਜ਼ੀਲੈਂਡ ਆਪਣਾ ਪ੍ਰੋਫਾਈਲ ਪਹਿਲਾਂ ਦੇਖ ਲਓ ਕਿ ਇਸ ਕੰਟਰੀ ਦੇ ਵਿੱਚ ਇਸ ਪ੍ਰੋਫਾਈਲ 'ਤੇ ਵੀਜ਼ੇ ਲੱਗਦੇ ਆ ਫਿਰ ਅਪਲਾਈ ਕਰੋ ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਾਲਜ ਕੋਰਸ ਯੂਨੀਵਰਸਿਟੀਆਂ ਬਾਅਦ 'ਚ ਆਉਂਦੀਆਂ ਸਭ ਤੋਂ ਪਹਿਲਾਂ ਕੰਟਰੀ ਆਉਂਦੀ ਹੈ ਸੋ ਕੰਟਰੀ ਸਹੀ ਚੁਣੀ ਹੋਊਗੀ ਐਂਡ ਵੀਜ਼ਾ ਮਿਲਿਆ ਹੋਊਗਾ ਨਾ ਕਿ ਰਿਫਿਊਜ਼ਲ ਮਿਲਿਆ ਹੋਊਗੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ